ਮੂਢਲੇ ਆਕਾਰਾਂ ਨੂੰ ਸਮਝਣਾ ਰੇਖਾਖੰਡ ਨੂੰ ਮਾਪਣਾ ਅਸੀਂ ਪਿਛਲੇ ਅਧਿਆਇ ਵਿੱਚ ਰੇਖਾਖੰਡਾਂ ਬਾਰੇ ਪੜ੍ਹ ਚੁੱਕੇ ਹਾਂ ਇੱਕ ਰੇਖਾਖੰਡ ਇੱਕ ਰੇਖਾ ਦਾ ਇੱਕ ਨਿਸ਼ਚਿਤ ਭਾਗ ਹੁੰਦਾ ਹੈ ਇਸ ਲਈ ਇੱਕ ਰੇਖਾਖੰਡ ਨੂੰ ਮਾਪਣਾ ਸੰਭਵ ਹੁੰਦਾ ਹੈ ਇੱਕ ਰੇਖਾਖੰਡ ਦੇ ਮਾਪ ਨੂੰ ਰੇਖਾਖੰਡ ਦੀ ਲੰਬਾਈ ਕਿਹਾ ਜਾਂਦਾ ਹੈ ਅਸੀਂ ਰੇਖਾਖੰਡਾਂ ਦੀ ਤੁਲਨਾ ਕਰਨ ਲਈ ਉਹਨਾਂ ਦੀ ਲੰਬਾਈ ਦਾ ਉਪਯੋਗ ਕਰ ਸਕਦੇ ਹਾਂ ਰੇਖਾ ਖੰਡਾਂ ਦੀ ਤੁਲਨਾ ਕਰਨ ਲਈ ਬਹੁਤ ਸਾਰੀਆਂ ਵਿਧੀਆਂ ਉਪਲਬਧ ਹਨ।